हो चुके है, वड्डा हो चुके है, उन्हां दा रिता शुद्ध हो चुके है। भाई साहब ने बाणी अंदर कहना करन सत्ता ते बलवंड जा सुधोस ना लहना टेक्यो, भाव के जदों अंदरों बाबा लहना जी बिलकुल शुद्ध हो गए, उन्हां दे अंदरों होमे निकल गई, हुक्म दे पावंद हो गए। गुरु नानक देव महाराज ने परख कर ली, बाबा लहना जी का रिदा शुद्ध हो गया। श्री गुरु नानक देव महाराज ने फिर संगतां नूं जवाब दिता, है प्यारियो तुसीं साडे नाल प्रेम करदे हो। संगतां ने हां च सिर हिलाया। धन धन श्री गुरु नानक देव महाराज जी कहन लगे, फिर गुर अंगद के हीए मैं, हुण जे तुसीं साडे दीदार करने ने प्रतक रूप दे विच, ਇਹ ਸਾਡਾ ਸਰੂਪ ਜਿਹੜਾ ਹੈ ਗੁਰੂ ਅੰਗਦ ਦੇਵ ਮਹਾਰਾਜਿਆਂ ਦੇ ਹਿਰਦੇ ਅੰਦਰ ਵਸੇ, ਭਾਵ ਗੁਰ ਅੰਗਦ ਕੇ ਹੀ ਮੈਂ। ਭਾਈ ਸੰਤੋਖ ਸਿੰਘ ਜੀਆਂ ਨੇ ਵਚਨ ਲਿਖਿਆ ਹੈ, ਗੁਰੂ ਨਾਨਕ ਦੇਵ ਮਹਾਰਾਜੇ ਗੁਰੂ ਅੰਗਦ ਦੇਵ ਮਹਾਰਾਜਿਆਂ ਨੂੰ ਜਦੋਂ ਗੁਰਿਆਈ ਬਖਸ਼ਦੇ ਨੇ ਇਹ ਵਚਨ ਕਹਿੰਦੇ ਨੇ, ਅੱਜ ਆਪਣੇ ਵੱਡੇ ਸਪੁੱਤਰ ਨੂੰ ਛੱਡ ਕੇ श्री गुरु हर राय साहब महाराज उन्होंने वड्डे सपुत्र सन बाबा राम राय। बाबा राम राय जी बारे आप संगत ने सरवण किया होगा, बाबा राम राय उन्होंने पास बड़िया करामातां सी। ते कहिंदे हन जदों दिल्ली के बादशाह औरंगजेब ने श्री गुरु हर राय साहब महाराज जी दर्शन देण वास्ते सदा भेजिया, हुकम भेजिया, गुरु साहब जी ने ना कर दिती ते राम राय नूं भेज दिता। जदों राम राय नूं भेजिया ते उत्थे रह के उहने करामातां भी विखाईआं, इतिहासकार ऐसा लिखते ने। ते जदों श्री गुरु हर राय साहब महाराज जी दे वड्डे सपुत्र बाबा राम राय श्री आसा जी दी वार दी पंगति उचार रहे सन, आप संगतां ने सरवण कीती होवेगी, मिट्टी मुसलमान की पेड़ है पई प्यार, घड़ भांडे टंकियां जल्दी करे पुकार। जदों ये पंगति आई सामने तां जिहड़ा औरंगजेब बादशाह सी कहिंदे हन, उहने सवाल कीता कि गुरु नानक देव महाराजियां ने मुसलमानां दी निंदा कीती है बाणी अंदर, ਇਹ ਖੁਸ਼ਾਮਦ ਕਰਦਾ ਹੋਇਆ ਔਰੰਗਜ਼ੇਬ ਦੀ ਉੱਥੇ ਝੂਠ ਬੋਲ ਗਿਆ, ਕੀ ਕਹਿੰਦਾ ਹੈ? ਇਸ ਨੇ ਬਾਣੀ ਦੀ ਪੰਗਤੀ ਹੀ ਬਦਲ ਕੇ ਸੁਣਾ ਦਿੱਤੀ ਹੈ। ਤਾਂ ਪੰਗਤੀ ਇਸ ਤਰ੍ਹਾਂ ਸੀ, ਮਿੱਟੇ ਮੁਸਲਮਾਨ ਕੀ ਪੇੜੇ ਕਈ ਕੁਮਿਆਰ, ਅਤੇ ਕਹਿੰਦੇ ਹਨ ਇਸ ਰਾਮ ਰਾਜ ਨੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ ਪੇੜੇ ਕਈ ਕੁਮਿਆਰ। ਜਦੋਂ ਸਿੱਖ ਸੰਗਤਾਂ ਨੂੰ ਐਸਾ ਗਿਆਨ ਹੋਇਆ ਤੇ ਬਾਬਾ ਰਾਮ ਰਾਜ ਨੇ ਪੰਗਤੀ ਹੀ ਬਦਲ ਦਿੱਤੀ ਹੈ ਬਾਣੀ ਦੀ। ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜਿਆਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ, ਸਤਿਗੁਰੂ ਦੀ ਐਸੀ ਐਸਾ ਭਾਣਾ ਵਰਤ ਗਿਆ, ਤੁਹਾਡੇ ਸਪੁੱਤਰ ਨੇ ਬਚਨ ਕਹਿ ਦਿੱਤੇ ਨੇ। ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਕਹਿਣ ਲੱਗੇ, ਜਾਓ ਪਿਆਰਿਓ ਸਿੱਖ ਸੰਗਤੋ, ਸਾਡਾ ਰਾਮ ਰਾਏ ਨੂੰ ਇਹ ਸੁਨੇਹਾ ਦੇ ਦਿਓ, ਦੇਖੋ ਗੁਰੂ ਦਾ ਬਾਣੀ ਨਾਲ ਕਿਤਨਾ ਪਿਆਰ ਹੈ। ਪਿਆਰਿਓ ਜੇ ਅਸੀਂ ਬਾਣੀ ਪੜ੍ਹਾਂਗੇ, ਜੇ ਬਾਣੀ ਸੁਣਾਂਗੇ, ਦੋ ਸਮੇਂ ਨਿਤਨੇਮ ਕਰਾਂਗੇ, ਸਾਡੇ ਸਰੀਰ ਨਾਲ ਬਾਣੀ ਗੁਰੂ ਦਾ ਕੋਈ ਪਿਆਰ ਨਹੀਂ, ਅਸੀਂ ਸਰੀਰਕ ਤੌਰ 'ਤੇ ਠੀਕ ਹੈ ਇੱਥੇ ਬੈਠੇ ਹਾਂ, ਜਦੋਂ ਸਾਡੇ ਹਿਰਦੇ ਅੰਦਰ ਬਾਣੀ ਵੱਸ ਜਾਵੇਗੀ ਫਿਰ ਸਾਨੂੰ ਗੁਰੂ ਗੁਰਬਖੜੇ ਦੇ ਅੰਦਰ ਮਿਲੇਗੀ। ਅਤੇ ਕਹਿੰਦੇ ਹਨ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਉਹਨਾਂ ਦੇ ਇਹ ਰਾਮ ਰਾਏ ਆਪਣੇ ਸਪੁੱਤਰ ਸਨ, ਆਪਣੇ ਹੱਥੀਂ ਉਹਨਾਂ ਨੂੰ ਪਾਲਿਆ ਸੀ। ਅਤੇ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਕਹਿਣ ਲੱਗੇ, ਜਾਓ ਰਾਮ ਰਾਏ ਨੂੰ ਕਹਿ ਦਿਓ ਉਹ ਅੱਜ ਤੋਂ ਸਾਡਾ ਪੁੱਤਰ ਨਹੀਂ ਅਤੇ ਅਸੀਂ ਉਹਦੇ ਪਿਤਾ ਨਹੀਂ, ਜਾਓ ਕਹਿ ਦਿਓ ਅੱਜ ਤੋਂ ਬਾਅਦ ਉਹ ਸਾਡੇ ਮੱਥੇ ਨਾਲ ਲੱਗੇ, ਉਹ ਦੇਹਰਾਦੂਨ ਦੀ ਧਰਤੀ 'ਤੇ ਚਲਿਆ ਗਿਆ ਸੀ। ਰਾਮ ਰਾਏ ਮੁੜ ਕੇ ਗੁਰੂ ਜੀ ਦੇ ਮੱਥੇ ਨਹੀਂ ਲੱਗਿਆ, ਕੀਰਤਪੁਰ ਸਾਹਿਬ ਵੀ ਨਾ ਗਿਆ। ਸੋ ਕਹਿਣ ਤੋਂ ਭਾਵ ਇਹ ਸਤਿਗੁਰਾਂ ਦੀ ਗੁਰਿਆਈ ਦੀ ਬਖਸ਼ਿਸ਼ ਕਰਨੀ ਸੀ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਅਤੇ ਕਹਿੰਦੇ ਹਨ ਉਹਨਾਂ ਦਾ ਹਿਰਦਾ ਬਹੁਤ ਹੀ ਨਿਰਮਲ, ਜਿੱਥੇ ਸਤਿਗੁਰੂ ਜੀ ਚਾਹੇ ਉਹ ਬਾਲਕ ਰੂਪ ਦੇ ਵਿੱਚ ਸਨ, ਚਾਹੇ ਬੱਚੇ ਦੇ ਰੂਪ ਵਿੱਚ ਸਨ,
पांच साल का बच्चा से वेखदिया की सोचे होंगे, पर इन्हों तंत दरगाहों संभाल दिया ने कृपा करके भेजा। श्री गुरु हर राय साहब महाराज निडर सन, निर्भौ सन, बचन दे बले सन, बचन दे सूरे सन। धन धन श्री गुरु हर राय साहब महाराज जी ने अपने सपुत्र हरकृष्ण साहब महाराज जी को अपने बराबर उठा लिया, जो गुरियाई दर्शन लगे गुरता गति देन लगे अपने बराबर बिठा लिया। एक पासे गुरु हर राय साहब महाराज, दूजे पासे हरकृष्ण साहब महाराज। ਇਹ ਸਤਿਗੁਰਾਂ ਦੀਆਂ ਨੇ ਬਚਨ ਪਤਾ ਕੀ ਕੀਤਾ ਉੱਥੇ। ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹੜਾ ਸਿੱਖ ਸਤਿਗੁਰਾਂ ਦੀਆਂ ਦੇ ਸੀਸ ਤੇ ਚੌਰ ਕਰ ਰਿਹਾ ਸੀ, ਉਸ ਜ਼ਬਰਦਾਰ ਸਿੱਖ ਨੂੰ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹੜਾ ਇਹ ਚੌਰ ਨੂੰ ਸਾਡੇ ਉੱਤੇ ਕਰ ਰਿਹਾ, ਸਾਡੀ ਸੇਵਾ ਕਰ ਰਿਹਾ, ਹੁਣ ਇਹੋ ਚੌੜ ਸਾਹਿਬ ਜਿਹੜਾ ਹੈ ਸਾਡੇ ਸਪੁੱਤਰ ਹਰਕ੍ਰਿਸ਼ਨ ਸਾਹਿਬ ਜੀ ਦੇ ਸੀਸ ਤੇ ਵੀ ਜਾ ਕੇ ਉਤਾਰ। ਸਿੱਖਾਂ ਨੇ ਸਵਾਲ ਕਰ ਦਿੱਤਾ, ਸਤਿਗੁਰੂ ਜੀ ਐਸਾ ਕਿਉਂ, ਤੁਸੀਂ ਤਾਂ ਗੁਰੂ ਹੋ, ਤੁਹਾਡਾ ਸਪੁੱਤਰ ਹੈ, ਠੀਕ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਪਰੰਤੂ ਐਸਾ ਕਿਉਂ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਹਰ ਰਾਇ ਸਾਹਿਬ ਮਹਾਰਾਜ ਨੇ ਲੱਗੇ, ਗੁਰੂ ਕੇ ਪਿਆਰੇ ਸਿੱਖੋ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਅੱਜ ਤੋਂ ਬਾਅਦ ਤੁਹਾਡੇ ਗੁਰੂ ਹੋਣਗੇ, ਅਸੀਂ ਇਹ ਆਪਣੀ ਜਿਹੜੀ ਗੁਰਿਆਈ ਦੀ ਜੋਤ ਹੈ ਉਹਨਾਂ ਦੇ ਬਿਰਦੇ ਅੰਦਰ ਟਿਕਾਉਣ ਲੱਗੇ ਹਾਂ। ਕਹਿੰਦੇ ਸਨ ਕਿ ਜਿਹੜੀ ਜੋਤ ਹੈ ਇਸ ਨੂੰ ਸਾਂਭਣ ਵਾਸਤੇ ਵੀ ਬਹੁਤ ਵੱਡੀ ਰੂਹ ਦੀ ਜ਼ਰੂਰਤ ਹੁੰਦੀ ਸੀ, ਬਹੁਤ ਵੱਡੀ ਰੂਹ ਜਿਹੜੀ ਨਾਮ ਸਿਮਰਨ ਵਾਲੀ ਮਹਾਨ ਰੂਹ ਬਣ ਜਾਵੇ, ਉਸ ਨੂੰ ਇਹ ਗੁਰਿਆਈ ਪ੍ਰਾਪਤ ਹੁੰਦੀ ਸੀ। ਜਿਵੇਂ ਆਪ ਸੰਗਤਾਂ ਦੇ ਸਾਹਮਣੇ ਕੋਈ ਪ੍ਰਮਾਣਿਕ ਪ੍ਰਮਾਣ ਰੱਖਾਂ, ਕਹਿੰਦੇ ਨੇ ਕਿ ਜਿਹੜਾ ਸ਼ੇਰਨੀ ਦਾ ਦੁੱਧ ਹੈ, ਸ਼ੇਰਨੀ ਦਾ ਦੁੱਧ ਜਿਹੜਾ ਹੈ ਉਹ ਪਿੱਤਲ ਦੇ ਭਾਂਡੇ 'ਚ ਨਹੀਂ ਰਹਿੰਦਾ, ਸਟੀਲ ਦੇ ਭਾਂਡੇ 'ਚ ਨਹੀਂ ਰਹਿੰਦਾ, ਤਾਂਬੇ ਦੇ ਭਾਂਡੇ 'ਚ ਨਹੀਂ ਰਹਿੰਦਾ। ਤਾਂਬੇ ਦੇ ਭਾਂਡੇ 'ਚ ਪਾਓ ਝਾਟੇ ਫੜ ਜਾਵੇ, ਤੇ ਸ਼ੇਰਨੀ ਦੇ ਦੁੱਧ ਨੂੰ ਰੱਖਣ ਵਾਸਤੇ ਸ਼ੁੱਧ ਸੋਨੇ ਦਾ ਭਾਂਡਾ ਚਾਹੀਦਾ, ਤੇ ਇਹ ਜਿਹੜੀ ਬੁਰਿਆਈ ਦੀ ਜੋਤ ਹੈ ਇਸ ਨੂੰ ਟਿਕਾਉਣ ਵਾਸਤੇ ਵੀ ਗੁਰੂ ਸਾਹਿਬ ਦੀ ਫਰਕ ਕਰਦੇ ਰਹਿੰਦੇ ਸਨ, ਫਰਕ ਕਰਦੇ ਰਹਿੰਦੇ ਸਨ। ਜਦੋਂ ਦਿਲ ਕੁੱਲ 12 ਬਣੀ ਦਾ ਸੋਨਾ ਬਣ ਜਾਂਦਾ ਸੀ ਜਿਹਦਾ, ਤੇ ਸਤਿਗੁਰੂ ਜੀ ਫਿਰ ਆਪਣੀ ਜੋਤ ਉਸ ਵੇਲੇ ਟਿਕਾਉਂਦੇ ਸਨ। ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਮਹਾਰਾਜ ਜੀਆਂ ਨੇ ਗੁਰਿਆਈ ਦੀ ਕੋਸ਼ਿਸ਼ ਕੀਤੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ ਤੇ ਸਿੱਖਾਂ ਨੂੰ ਸਤਿਗੁਰਾਂ ਦੀਆਂ ਨੇ, ਸਤਿਗੁਰਾਂ ਦੀਆਂ ਨੇ ਇਹ ਉਪਦੇਸ਼ ਕੀਤਾ ਕਿ ਜਿਹੜੇ ਵੀ ਰੋਗੀ ਹੋਣ, ਜਿਹਨਾਂ ਨੂੰ ਕੋਈ ਸਰੀਰਕ ਰੋਗ ਹੋਵੇ, ਉਹ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਕਰ ਲੈਣ, ਉਹਨਾਂ ਦੇ ਰੋਗ ਦੂਰ ਹੋ ਜਾਣਗੇ, ਉਹਨਾਂ ਦੇ ਰੋਗ ਕੱਟੇ ਜਾਣ। ਅਰਦਾਸ ਦੇ ਵਿੱਚ ਵਿਦਵਾਨਾਂ ਨੇ ਇਹ ਸ਼ਬਦ ਜਿਹੜੇ ਹਨ ਸ਼ਾਮਲ ਕੀਤੇ, ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਲਮ ਨਾਲ ਕੇ ਪੌੜੀ ਲਿਖੀ, ਜਿਹੜੀ ਅਸੀਂ ਅਰਦਾਸ ਦੇ ਵਿੱਚ ਉਚਾਰਨ ਕਰਦੇ ਹਾਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ। ਅੱਗੇ ਆਉਂਦੀ ਹੈ ਪੰਗਤੀ ਕਿ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ, ਜੇ ਕੋਈ ਦੀਦਾਰ ਦੀ ਭਾਵਨਾ ਦੇ ਨਾਲ ਕਰ ਲੈਂਦਾ ਸੀ ਉਸ ਦੇ ਮਨ ਦੇ ਦੁੱਖ ਤਨ ਦੇ ਦੁੱਖ।